ਅੱਜ ਦੀ ਸਾਡੀ ਜਿਹੜੀ ਵਿਜ਼ਿਟ ਹੈ ਇਹਦੇ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਔਰ DRME ਐਂਡ ਜਿੰਨੇ ਵੀ ਸਾਡਾ ਲੋਕਲ ਸਟਾਫ ਹੈਗਾ ਮੈਡੀਕਲ ਸਟੂਡੈਂਟ ਐਂਡ ਕੁਝ ਸਾਡੇ ਜਿਹੜੇ ਹੈਗੇ ਆ ਇੰਜਲ ਇਨਵੈਸਟਰਸ ਔਰ ਇਹਦੇ ਜਿਹੜੇ ਗੁੱਡ ਸਮਾਰਟਨਸ ਹੈਗੇ ਲੋਟਸ ਦੀਰ ਹੈਗੇ ਆ ਉਹ ਬਹੁਤ ਇੰਟਰਸਟ ਰਹਿੰਦੇ ਹਮੇਸ਼ਾ ਔਰ ਪਟਿਆਲਾ ਹੈਲਥ ਫਾਊਂਡੇਸ਼ਨ ਔਰ ਖਾਲਸਾ ਏਡ ਐਂਡ ਜਨਤ ਸੰਪਤੀ ਇਹ ਸਾਰੇ ਜਿਹੜੇ ਮਿਲ ਕੇ ਸਾਡਾ ਜਿਹੜਾ ਮਕਸਦ ਹੈਗਾ ਉਹ ਹੈਗਾ ਕਿ ਜਿਹੜੀਆਂ ਸਾਰੀਆਂ ਸਰਵਿਸਿਜ਼ ਆ ਪਾਰਟਿਕੂਲਰ ਜਿਹੜੀ ਐਮਰਜੈਂਸੀ ਸਰਵਿਸਿਜ਼ ਆ ਉਹਨੂੰ ਕਿੱਦਾਂ ਰੀਵੈਪ ਕਰਨਾ ਉਹਦੇ 'ਚ ਜਿਹੜੇ ਜਿਹੜੇ ਸਾਡੇ ਕੋਲ ਗੈਪ ਅਨਾਲਿਸਿਸ ਕਹਿੰਦੇ ਆ ਉਹ ਜਿਹੜਾ ਗੈਪ ਹੈਗਾ ਸਾਡੇ ਕੋਲ ਜਿਹੜੀ ਸਟਾਫ ਦੀ ਹੋਰ ਲੋੜ ਹੈ ਜਿਹੜੀ ਮੈਡੀਸਿਨਸ ਦੀ ਲੋੜ ਹੈ ਜਾਂ ਇਕਵਿਪਮੈਂਟ ਦੀ ਲੋੜ ਹੈ ਉਹ ਸਾਰੀਆਂ ਪ੍ਰੋਵਾਈਡ ਕਰਾਂਗੇ ਔਰ ਲੋਕਾਂ ਨੂੰ ਜਿਹੜੀਆਂ ਹੈਗੀਆਂ ਉਹ ਵਰਲਡ ਕਲਾਸ ਜਿਹੜੀਆਂ ਹੈਗੀਆਂ ਐਮਰਜੈਂਸੀ ਸਰਵਿਸਿਜ਼ ਕਿ ਜਦੋਂ ਪੇਸ਼ੈਂਟ ਆਵੇ ਉਹਨੂੰ ਕੋਈ ਮੈਡੀਸਿਨ ਵਗੈਰਾ ਔਰ ਜਿੰਨੀਆਂ ਉਹਦੇ ਟੈਸਟ ਹੋਣੇ ਆ ਉਹ ਉੱਥੇ ਹੀ ਹੋਣਗੇ ਮੈਡੀਸਿਨ ਵੀ ਉਹਨੂੰ ਐਮਰਜੈਂਸੀ 'ਚੋਂ ਮਿਲੇਗੀ ਪੇਸ਼ੈਂਟ ਦੇ ਅਟੈਂਡੈਂਟ ਨੂੰ ਬਾਹਰ ਨਹੀਂ ਭੇਜਿਆ ਜਾਏਗਾ ਔਰ ਬਹੁਤ ਜਲਦੀ ਅਸੀਂ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਹੈਗਾ ਵੀ ਸਾਡੇ ਇੱਕ ਫਰਿਸ਼ਤੇ ਸਕੀਮ ਸ਼ੁਰੂ ਕਰ ਰਹੇ ਆ ਅਸੀਂ ਕੋਈ ਵੀ ਜਿਹੜਾ ਐਮਰਜੈਂਸੀ ਪੇਸ਼ੈਂਟ ਹੋਏਗਾ ਉਹਨੂੰ ਤੁਸੀਂ ਨੀਅਰੈਸਟ ਹਸਪੀਟਲ 'ਚ ਲੈ ਜਾਓਗੇ ਉੱਥੇ ਉਹਦੀ ਸਾਰੀ 24 ਆਵਰਸ ਲਈ ਉਹਨੂੰ ਸਾਰੀ ਐਮਰਜੈਂਸੀ ਕੇਅਰ ਦੇਣਗੇ ਉਸ ਤੋਂ ਬਾਅਦ ਜੇ ਪੇਸ਼ੈਂਟ ਪੇਇੰਗ ਹੋਏਗਾ ਜਾਂ ਕੋਈ ਇੰਸ਼ੋਰੈਂਸ ਵਾਲਾ ਹੋਏਗਾ ਦੇ ਕੈਨ ਕੀਪ ਇਟ ਅਦਰਵਾਈਜ਼ ਉਹ ਨੀਅਰੈਸਟ ਜਿਹੜਾ ਸਾਡਾ ਗਵਰਨਮੈਂਟ ਹਸਪੀਟਲ ਹੈ ਜਿਹੜਾ ਕਿ ਸਾਡਾ ਇਹ ਬਹੁਤ ਸਭ ਤੋਂ ਜਿਹੜਾ ਇੰਪੋਰਟੈਂਟ ਹਸਪੀਟਲ ਹੈ ਸਾਡਾ ਜਿਹੜਾ ਡਸਟਿੰਗਰ ਹਸਪੀਟਲ ਉੱਥੇ ਉਹਨੂੰ ਸ਼ਿਫਟ ਕਰ ਸਕਦੇ ਆ ਸੋ ਸਾਡਾ ਮਕਸਦ ਇਹ ਹੈਗਾ ਜਿਹੜੀਆਂ ਕਿ ਰੋਡ ਐਕਸੀਡੈਂਟਸ ਦੇ ਵਿੱਚ ਹਰ ਸਾਲ 5,500 ਜਿਹੜੀਆਂ ਰਿਪੋਰਟਡ ਡੈਥਸ ਹੈ ਉਹਨਾਂ ਨੂੰ ਕੱਟ ਡਾਊਨ ਕਰਨਾ ਹੈਗਾ ਕਿ ਐਕਸੀਡੈਂਟ ਹੋਣੇ ਨਹੀਂ ਚਾਹੀਦੇ ਲੇਕਿਨ ਜੇ ਹੋ ਜਾਏ ਤਾਂ ਉਹਨਾਂ ਨੂੰ ਵਿਦਨ ਫਸਟ ਆਰ ਜਿਹੜਾ ਹੈਗਾ ਗੋਲਡਨ ਆਰ ਦੇ ਵਿੱਚ ਉਹਨਾਂ ਨੂੰ ਮੈਡੀਕਲ ਏਡ ਮਿਲਣੀ ਚਾਹੀਦੀ ਹੈ ਸੋ ਉਹ ਸਾਰਾ ਅਸੀਂ ਅੱਜ ਕੰਪਰੀਹੈਂਸਿਵ ਰਿਵਿਊ ਕੀਤਾ ਹੈਗਾ